ਕਿ ਚੈਨਲ ਦੇਖਣ ਤੇ ਸੁਣਨ ਵਾਲਿਆਂ ਨੂੰ ਅਸਲਾਮੁਅਲੈਕਮ ਹਰ ਰੋਜ਼ ਹੀ ਤਰ੍ਹਾਂ ਤੁਹਾਡੇ ਨਾਲ ਨਵੇਂ ਤੋਂ ਨਵੇਂ ਕિસ્સાਾਂ ਸੰਝਾ ਕਰਦੇ ਆਂ ਅੱਜ ਤੁਹਾਨੂੰ ਲੈ ਚੱਲਦੇ ਆਂ ਦਰਬਾਰ حضرت ਮੌਲਾ ਅਲੀ ਸ਼ੇਰ-ਏ-ਖੁਦਾ ਜੋ ਕਿ ਫਲੋਰ ਤੋਂ ਤਲਵੰਦ ਤੋਂ ਅੱਗੇ ਜਾ ਕੇ ਐ ਫਲੋਰ ਤੋਂ ਫਿਰ ਤਲਵੰਦ ਉਸ ਤੋਂ ਅੱਗੇ ਜਾ ਕੇ ਪਿੰਡਾ ਟੰਗਾਰਾ ਸ਼ਰੀਫ ਜੋ ਕਿ ਸਤਲੁਜ ਦੇ ਕੰਢੇ ਦੇ ਉੱਪਰ ਦਰਬਾਰ ਬਣਿਆ ਹੋਇਆ ਹੈ ਇਹ ਦਰਬਾਰ ਬਹੁਤ ਹੀ ਪੁਰਾਣਾ ਦਰਬਾਰ ਹੈ حضرت ਮੌਲਾਲੀ ਸਰਕਾਰ ਦੇ ਨਾਮ ਦੇ ਉੱਪਰ ਇੱਥੇ ਪਹਿਲਾਂ ਜੋ ਸੇਵਾ ਕਰਦੇ ਸੀਗੇ ਸਾਈਂ ਕਰਨਾਲ ਸ਼ਾ ਬੀਬੀ ਸਰਜੀਤ ਕੌਰ ਜੀ ਹੁਣ ਸਾਈਂ ਦਿਲਬਰ ਸ਼ਾ ਸੇਵਾ ਕਰਦੇ ਨੇ ਸਰਕਾਰਾਂ ਦੀ ਕਹਿੰਦੇ ਜੋ ਬੀਬੀ ਸਰਜੀਤ ਕੌਰ ਥੀ ਸੇਵਾ ਕਰਦੀ ਸਰਕਾਰਾਂ ਦੀ ਉਨਾਂ ਨੂੰ ਕਸ਼ਫ ਹੁੰਦਾ ਥਾ ਕਸ਼ਫ ਜਾਨੀ ਕਿ ਜੋ ਤੀਸਰੀ ਅੱਖ ਦਾ ਖੁੱਲਣਾ ਇਸ ਨੂੰ ਇਹ ਵੀ ਕਹਿ ਦਿੰਦੇ ਨੇ ਕਿ ਉਹਨਾਂ ਨੂੰ ਇੱਥੇ ਬੈਠੇ ਸਰਕਾਰਾਂ ਦੇ دیدار ਹੋ ਜਾਂਦੇ ਸੀਗੇ ਜਿੰਨੇ ਵੀ ਮੰਨ ਲਓ ਇਸ ਦਰਬਾਰ ਦੇ ਵਿੱਚ ਬਜ਼ੁਰਗਾਂ ਨੇ ਦੀਨ ਦੀਆਂ ਪਾਕ ਮੁਕੱਦਸ ਮਜ਼ਾਰਾਤ ਨੇ ਉਹਨਾਂ ਨਾਲ ਵੀ ਬੀਬੀ ਗੁਫ਼ਤਗੂ ਕਰ ਲੈਂਦੀ ਸੀਗੀ ਬਾਤ ਚੀਤ ਬੀਬੀ ਦੀ ਹੋ ਜਾਂਦੀ ਸੀਗੀ ਬੀਬੀ ਸਰਜੀਤ ਕੌਰ ਦੀ ਔਰ ਮਾਸ਼ਾਅੱਲਾ ਬੀਬੀ ਸਰਜੀਤ ਕੌਰ ਦੇ ਚਿਹਰੇ ਦੇ ਉੱਪਰ ਬਹੁਤ ਹੀ ਨੂਰ ਹੁੰਦਾ ਥਾ ਕਹਿੰਦੇ ਦਰਵੇਸ਼ਾਂ ਦੀ ਖਿਦਮਤ ਸੇਵਾ ਕਦੇ ਵੀ ਆਲੀ ਨਹੀਂ ਜਾਂਦੀ ਤੇ ਬੀਬੀ ਦੇ ਦਰਬਾਰ ਦੇ ਵਿੱਚ ਸਾਈ ਲੱਡੀ ਸ਼ਾ ਵੀ ਕਹਿੰਦੇ ਆਉਂਦੇ ਥੇ ਤੇ ਹੋਰ ਵੀ ਫਕੀਰ ਦਰਵੇਸ਼ ਲੋਕ ਆਉਂਦੇ ਥੇ ਅੱਜ ਵੀ ਉਹਨਾਂ ਦਾ ਇਸ ਦਰਬਾਰ ਦੇ ਵਿੱਚ ਆਉਣਾ جاری ਹੈ ਦਰਬਾਰ ਦੇ ਵਿੱਚ urs ਵੀ ਮਨਾਇਆ ਜਾਂਦਾ ਸਰਕਾਰਾਂ ਦਾ ਬੜੀ ਧੂਮ ਧਾਮ ਦੇ ਨਾਲ ਔਰ ਹਾਜ਼ਰ ਖਵਾਜ਼ਾ ਖ्वाज ਖिजਰ ਅਲੇ ਸਲਾਮ ਦੇ ਜੋ ਜੋ ਬੇੜੇ ਤਾਰੇ ਜਾਂਦੇ ਨੇ ਬੇੜਿਆਂ ਦੀ ਰਸਮ ਹੈ ਵੱਖ-ਵੱਖ ਦਰਬਾਰਾਂ ਵੱਲੋਂ ਉਹ ਵੀ ਇੱਥੋਂ ਦੀ ਹੋ ਕੇ ਹੀ ਤਾਰੇ ਜਾਂਦੇ ਨੇ ਬੇੜੇ ਕਿਉਂਕਿ ਕੰਡੇ ਸਰ ਦਰਬਾਰ ਸਤਲੁਜ ਦੇ ਕੰਡੇ ਹੋਣ ਦੇ ਨਾਲ نیچے ਨੂੰ ਜਗ੍ਹਾ ਬਣੀ ਹੋਈ ਹੈ ਬੇੜੇ ਤਾਰਨ ਦੀ ਜਗਾ ਬਣੀ ਹੋਈ ਹੈ حضرت ਖਵਾਜਾ ਖਵਾਜ ਖਿਜਰ ਅਲੈ ਸਲਾਮ ਦੇ ਜਿਨ੍ਹਾਂ ਨੇ ਨਜ਼ਰ ਦੇਣੀ ਹੁੰਦੀ ਹੈ ਨਜ਼ਰੋ ਨਿਆਜ਼ ਪੇਸ਼ ਕਰਨੀ ਹੁੰਦੀ ਹੈ ਬੇੜੇ ਤਾਰਨੇ ਹੁੰਦੇ ਨੇ ਦਾਤਾ ਹਜ਼ੂਰੀ ਸ਼ਾ ਕਾਦਰੀ ਰਹਿਮਤੁਲਾਹ ਅਲੇ ਦਰਬਾਰ ਨੂਰ ਮੈਲ ਸ਼ਰੀਫ ਮਹਿਬੂਬ ਗਾਂਸ ਸਾਈ ਮਸਕੀਨ ਸ਼ਾ ਕਾਦਰੀ ਵੱਲੋਂ ਵੀ ਇੱਥੇ ਡੇਰੇ ਬੇੜੇ ਤਾਰੇ ਜਾਂਦੇ ਨੇ ਉਹ ਵੀ ਹਰ ਸਾਲ ਰਸਮ ਅਦਾ ਕਰਦੇ ਨੇ ਬੇੜੇ ਤਾਰਨ ਦੀ ਆਪਣੇ ਵੱਡੀ ਗੈਰਮ ਸ਼ਰੀਫ ਨੂੰ ਔਰ ਉਹਨਾਂ ਦੇ ਜੋ urs ਚੱਲਦਾ ਹੁੰਦਾ ਉਸ ਉਸ ਵਕਤ ਵੀ ਬੇੜੇ ਤਾਰੇ ਜਾਂਦੇ ਨੇ ਦਾ ਦਰਬਾਰ ਬਹੁਤ ਪੁਰਾਣਾ ਦਰਬਾਰ ਹੈ ਕਿ ਅੱਜ ਦਾ ਦਰਬਾਰ ਨਹੀਂ ਇੱਥੇ ਬਹੁਤ ਵੱਡੇ ਵੱਡੇ ਬਰੋਟੇ ਦੇ ਦਰਖਤ ਖੜੇ ਨੇ ਸਫਾਈ ਦਾ ਬਹੁਤ ਖਾਸ ਇੰਤਜ਼ਾਮ ਹੈ ਉੱਪਰ ਬਹੁਤ ਹੀ ਸਕੂਨ ਹੈ ਰੋਹਾਨੀ ਜਿੱਥੇ ਕਹਿੰਦੇ ਰੋਹਾਨੀਤ ਹੋਵੇ ਬਲੀ ਉੱਲਾ ਰਾਮ ਫਰਮਾਉਂਦੇ ਨੇ ਪੀਰ ਫਕੀਰ ਆਰਾਮ ਫਰਮਾਉਂਦੇ ਨੇ ਉੱਥੇ ਵਾਕਈ ਹੀ ਸਕੂਨ ਹੁੰਦਾ ਹੈ ਔਰ ਹਰ ਸਰਕਾਰਾਂ ਦੇ ਫੈਸਲੇ ਆਫਤਾ ਜਿਹੜੇ ਲੋਕਾਂ ਨੇ ਆਪਣੀਆਂ ਦੁਆਵਾਂ ਆਪਣੀਆਂ ਅਰਦਾਸਾਂ ਲਈ ਜਾਂਦੇ ਨੇ ਉਹਨਾਂ ਦੀ ਦੁਆ ਵੀ ਕਬੂਲ ਹੁੰਦੀ ਹੈ ਅਰਦਾਸ ਵੀ ਕਬੂਲ ਹੁੰਦੀ ਹੈ ਖਿਦਮਤਗਾਰ ਆਪਣੀ ਖਿਦਮਤ ਬਖੂਬੀ ਨਾਲ ਨਿਭਾਉਂਦੇ ਨੇ ਸੇਵਾ ਜੋ ਸੇਵਾ ਕਰਦੇ ਨੇ ਬੜੇ ਪਿਆਰ ਵਾਲੇ ਸੇਵਾਦਾਰ ਨੇ ਬੜੀ ਮੁਹੱਬਤ ਕਰਦੇ ਨੇ ਅੱਗੇ ਨੂੰ ਪਾਣੀ ਚਾਹ ਦਾ ਇੰਤਜ਼ਾਮ ਉਹਨਾਂ ਵੱਲੋਂ ਹਰ ਵਕਤ جاری ਹੈ ਲੰਗਰ ਤਕਸੀਮ ਕੀਤਾ ਜਾਂਦਾ ਹੈ ਸਹੀਦਾਂ ਦਾ ਦਰਬਾਰ ਹੈ ਕਿਉਂਕਿ ਸੈयद ਹਜ਼ਰ ਮੁਹੰਮਦ ਸੱਲਾਹ ਸੱਲਮ ਦੀ ਜ਼ਾਤ ਸੈयद ਉਹਨਾਂ ਦੇ ਘਰਾਨੇ ਵਿੱਚੋਂ ਅੱਗੇ سلسلہ ਚੱਲਦਾ ਹੈ ਇਸੇ ਤਰ੍ਹਾਂ ਜੋ ਇਸ ਦਰਬਾਰ ਦਾ سلسلہ ਹੈ 1947 ਤੋਂ ਪਹਿਲਾਂ ਪੁੰਦਰੀ ਸ਼ਰੀ ਬਟਾਲਾ ਸ਼ਰੀਫ ਔਰ ਹੁਣ ਪਾਕਿਸਤਾਨ ਦੇ ਵਿੱਚ ਇਨਾਂ ਦੇ ਜੋ ਪਹਿਲੇ 1947 ਤੋਂ ਪਹਿਲਾਂ ਸੇਵਾਦਾਰ ਜੋ ਖਿਦਮਤ ਕਰਦੇ ਦਰਬਾਰ ਦੇ ਜੋ ਵਾਰਿਸ ਸੀਗੇ ਉਹ ਪਾਕਿਸਤਾਨ ਚਲੇ ਗਏ ਸੀ 1947 ਤੋਂ ਬਾਅਦ ਉੱਥੇ ਉਹਨਾਂ ਦਾ ਆਪਣਾ سلسلہ ਚੱਲ ਰਿਹਾ ਹੈ ਬਾ ਵਕਤ ਵਾ ਫ ਹੈ ਜਾਨਕਿ ਇਹ ਦਰਬਾਰ ਜੋ ਹੈਗਾ आलिया ਕਾਦਰੀਆ ਫਾਜ਼ਲੀਆ ਇਹ ਵੀ ਦਰਬਾਰ आलिया ਕਾਦਰੀਆ ਫਾਜ਼ਲੀਆ ਦਰਬਾਰ ਹੈ ਸੋ ਸਾਨੂੰ ਇੱਥੇ ਜਾਣ ਦਾ ਮੌਕਾ ਮਿਲਿਆ ਬੜੀ ਖੁਸ਼ੀ ਹੋਈ ਇਸ ਦਰਬਾਰ ਦੇ ਵਿੱਚ ਜਾ ਕੇ ਖੁਸ਼ਕਿਸਮਤ ਨੇ ਉਹ ਲੋਕ ਜੋ ਪਾਕ ਮੁਕੱਦਸ ਦਰਵਾਰਾਂ ਤੇ ਪੀਰਾਂ ਫਕੀਰਾਂ ਦੀਆਂ ਪਾਕ ਮਜ਼ਾਰਾਂ ਤੇ ਜਾਂਦੇ ਨੇ ਕਿਉਂਕਿ ਉਹਨਾਂ ਦੇ ਉੱਪਰ ਸਦਾ ਹੀ ਅੱਲਾ ਪਾਕ ਦੀ ਰਹਿਮਤ ਹੁੰਦੀ ਹੈ ਰੱਬ ਦੀ ਜ਼ਾਤ ਨਹੀਂ ਦਿਖਦੀ ਫਕਰ ਫਕੀਰਾਂ ਦਰਵੇਸ਼ਾਂ ਵਿੱਚ ਹੀ ਰੱਬ ਦੀ ਜ਼ਾਤ ਬੋਲਦੀ ਹੈ ਅੱਜ ਜੇ ਅਸੀਂ ਕਿਸੇ ਦਰਵਾਜ਼ੇ 'ਚ ਝੁੱਕੇ ਜਾਂਦੇ ਆ ਤਾਂ ਜੋ ਕੇ ਜਾਣਾ ਅਦਮ ਨਾਲ ਜਾਣਾ ਤਾਂ ਫਕਰ ਫਕੀਰਾਂ ਵੱਲੋਂ ਸਾਨੂੰ ਨਵਾਜ਼ੇ ਜਾਂਦਾ ਹੈ ਇਹ ਬਾਜ਼ੂਰ ਹੈ ਕਿ ਕਿਸੇ ਨੂੰ ਕੋਈ ਵਕਤ ਲੱਗ ਜਾਂਦਾ ਪਰ ਨਾ ਉਮੀਦ ਕੋਈ ਨਹੀਂ ਹੁੰਦਾ ਅੱਲਾਹ ਪਾਕ ਤੋਂ ਦੁਆ ਕਰੋ ਆਪਾਂ ਸਬਰ ਹੰਲ ਕੇ ਕਿ ਅੱਲਾਹ ਪਾਕ ਆਪਾਂ ਨੂੰ ਆਦਰ